ਪਟਿਆਲਾ ਪੁਲਿਸ ਦੇ ਵੱਲੋਂ ਗੈਂਗਸਟਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਜਾਰੀ ਹੈ। ਜੇ ਪਿਛਲੇ ਇੱਕ ਸਾਲ ਦੀ ਗੱਲ ਕਰੀਏ ਤਾਂ ਕਈ ਗੈਂਗਸਟਰ ਫੜੇ ਗਏ ਜਿਨ੍ਹਾਂ ਦਾ ਲਾਰੈਂਸ ਬਿਸ਼ਨੋਈ ਗੈਂਗ ਜਾਂ ਸੰਪਤ ਲਹਿਰੇ ਨਾਲ ਸੰਬੰਧ ਸੀ, ਅਤੇ ਸਾਲ ਦੇ ਪਹਿਲੇ ਦਿਨ ਪੁਲਿਸ ਨੂੰ ਹੋਰ ਸਫਲਤਾ ਮਿਲੀ ਹੈ ਜਦੋਂ ਲਾਰੈਂਸ ਬਿਸ਼ਨੋਈ ਦੇ ਖਾਸ ਜੱਗਾ ਧੂਰਕੋਟ ਦੇ ਗੈਂਗ ਦੇ ਦੋ ਸ਼ੂਟਰਾਂ ਨੂੰ ਪਟਿਆਲਾ ਪੁਲਿਸ ਨੇ ਗ੍ਰਿਫਤਾਰ ਕੀਤਾ। ਖੁਦ SSP ਸਾਹਿਬ ਮੌਜੂਦ ਨੇ, ਵਰੁਣ ਸ਼ਰਮਾ ਉਹਨਾਂ ਨਾਲ ਗੱਲ ਕਰ ਰਹੇ ਨੇ ਕਿਸ ਤਰ੍ਹਾਂ ਇਹ ਜਿਹੜੇ ਸ਼ੂਟਰ ਸੀ ਪੁਲਿਸ ਦੇ ਹੱਥ ਆਏ ਨੇ। ਸਰ, ਕਿੰਨੇ ਕੁ ਖੂੰਖਾਰ ਸ਼ੂਟਰ ਨੇ ਜੀ, ਕਿਸ ਤਰ੍ਹਾਂ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ? ਦੇਖੋ ਮਨੋਜ ਜੀ, ਮਾਨਯੋਗ DGP ਪੰਜਾਬ ਦੇ ਹਦਾਇਤਾਂ ਮੁਤਾਬਿਕ ਪਟਿਆਲਾ ਪੁਲਿਸ ਜੀ, ਬੀਤੇ ਸਾਲ ਵੀ ਅਸੀਂ ਬੜੀ ਸਰਗਰਮੀ ਨਾਲ ਗੈਂਗਸਟਰ ਫਰੀ ਪੰਜਾਬ ਦਾ ਜਿਹੜਾ ਟੀਚਾ ਆ ਉਹਦੇ ਬਾਬਤ ਕੰਮ ਕੀਤਾ ਸੀ। ਉਸੇ ਮੋਮੈਂਟਮ ਨੂੰ ਕੈਰੀ ਫਾਰਵਰਡ ਕਰਦੇ ਹੋਏ ਨਵੇਂ ਸਾਲ 'ਚ ਅਸੀਂ ਇਹ ਦੋਨੇ ਸ਼ੂਟਰ ਅਰੈਸਟ ਕੀਤੇ ਆ, ਜਿਹੜੇ ਕਿ ਜੱਗਾ ਧੂਰਕੋਟ ਇੱਕ ਬੜਾ ਸਰਗਰਮ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਦਾ ਹੈਗਾ, ਉਹਦੇ ਸਾਥੀ ਨੇ। ਉਹਦੇ ਇਸ਼ਾਰਿਆਂ 'ਤੇ ਇਹਨਾਂ ਨੇ ਮੋਗਾ 'ਚ ਅਕਤੂਬਰ ਮਹੀਨੇ 'ਚ ਇੱਕ ਬੜੀ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦਿੱਤੇ ਹੋਏ ਇੱਕ ਵੱਡੇ ਕਬੱਡੀ ਖਿਲਾੜੀ ਦੇ ਘਰ ਵੜ ਕੇ ਤਾਬੜਤੋੜ ਜਿਹੜੀਆਂ ਗੋਲੀਆਂ ਵਰਸਾਈਆਂ ਸੀ, ਅਤੇ ਅਸੀਂ ਇਹਨਾਂ ਨੂੰ ਅਰੈਸਟ ਕੀਤਾ ਆ। ਇਹਨਾਂ ਦਾ ਰਿਮਾਂਡ ਲੈ ਕੇ ਡਿਟੇਲ 'ਚ ਪੁੱਛਗਿੱਛ ਕੀਤੀ ਜਾਊਗੀ। 3 ਇਹਨਾਂ ਤੋਂ ਵੈਪਨ ਸਾਨੂੰ ਬਰਾਮਦ ਹੋਏ ਆ, ਅਤੇ ਮਾਨਯੋਗ DGP ਪੰਜਾਬ ਨੇ ਜਿਹੜੀ ਇਹ ਗੈਂਗਸਟਰ ਫਰੀ ਪੰਜਾਬ ਜਿਹੜੀ ਮੁਹਿੰਮ ਚਲਾਈ ਹੈ, ਪਟਿਆਲਾ ਪੁਲਿਸ ਲਗਾਤਾਰ ਬੜੀ ਸਰਗਰਮੀ ਨਾਲ ਅਤੇ ਸਖਤਾਈ ਨਾਲ ਇਹਦੇ 'ਤੇ ਕੰਮ ਕਰੂਗੀ। ਸਰ, ਜੱਗਾ ਧੂਰਕੋਟ ਕਿਹਾ ਜਾ ਅਪਰਾਧੀ, ਸੁਣਿਆ ਕਿ ਉਹ ਬਾਹਰ ਵਿਦੇਸ਼ 'ਚ ਬੈਠਾ ਅਤੇ ਉੱਥੋਂ ਇਹਨਾਂ ਨੂੰ ਵਾਰਦਾਤਾਂ ਕਰਨ ਦੇ ਲਈ ਫੋਨ ਜਾਂ ਫਿਰੌਤੀ ਵਗੈਰਾ ਦੇ ਲਈ ਫੋਨ ਕਰਦਾ ਸੀ? ਦੇਖੋ, ਜੱਗਾ ਧੂਰਕੋਟ ਇੱਕ ਕਾਫੀ ਵੱਡਾ ਗੈਂਗਸਟਰ ਹੈਗਾ, ਉਹਦੇ 'ਤੇ 10 ਤੋਂ ਬਾਅਦ ਅਪਰਾਧਿਕ ਮੁਕੱਦਮੇ ਕਤਲ ਦੇ, ਇਰਾਦਾ ਕਤਲ ਦੇ ਦਰਜ ਨੇ, ਅਤੇ ਉਹਦੇ ਇਸ਼ਾਰਿਆਂ 'ਤੇ ਹੀ ਇਹਨਾਂ ਨੇ ਮੋਗੇ ਵਾਲੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਹਦੇ ਇਸ਼ਾਰਿਆਂ 'ਤੇ ਹੀ ਪਟਿਆਲੇ ਵੀ ਇਹਨਾਂ ਨੇ ਕਿਸੇ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦੇਣਾ ਸੀ, ਪਰ ਇਹਨਾਂ ਦੀ ਅਰੈਸਟ ਦੇ ਨਾਲ ਉਸ ਵਾਰਦਾਤ ਨੂੰ ਵੀ ਪਟਿਆਲਾ ਪੁਲਿਸ ਨੇ ਬੜੇ ਪ੍ਰੋਐਕਟਿਵਲੀ ਟਾਲਿਆ ਹੈ। ਸਰ, ਜਿਹੜੇ ਪਹਿਲਾਂ ਗੈਂਗਸਟਰ ਫੜੇ ਨੇ ਜਾਂ ਇਨਕਾਊਂਟਰ ਹੋਏ, ਉਹਨਾਂ ਕੋਲੋਂ ਬੜੇ ਅਤਿ ਆਧੁਨਿਕ ਵਿਦੇਸ਼ੀ ਜਿਹੜਾ ਅਸਲਾ ਹੈਗਾ ਪਿਸਤੌਲ ਬਰਾਮਦ ਹੋਏ ਸੀ, ਇਹਨਾਂ ਤੋਂ ਕਿਹੜਾ ਕਿਹੜਾ ਅਸਲਾ ਬਰਾਮਦ ਹੋਇਆ, ਕਿ ਅੱਗੇ ਕਿਸ ਤਰ੍ਹਾਂ ਇਹਨਾਂ ਕਿਹੜੀ ਵਾਰਦਾਤ ਨੂੰ ਅੰਜਾਮ ਦਿੱਤਾ ਸੀਗਾ ਪਟਿਆਲਾ 'ਚ ਆਉਣ ਦੇ ਲਈ? ਦੇਖੋ, 2 ਇਹਨਾਂ ਤੋਂ ਬੜੇ ਵਧੀਆ ਕੁਆਲਿਟੀ ਦੇ 32 ਬੋਰ ਦੇ ਪਿਸਟਲ ਬਰਾਮਦ ਹੋਏ ਆ, 12 ਤੋਂ 15 ਰਾਊਂਡ ਇਹਨਾਂ ਤੋਂ ਬਰਾਮਦ ਹੋਏ, ਇੱਕ ਦੇਸੀ ਕੱਟਾ ਵੀ ਬਰਾਮਦ ਹੋਇਆ। ਇਹ ਜਿਹੜੀ ਮੋਗੇ ਵਾਲੀ ਵਾਰਦਾਤ ਸੀ ਉਹਦਾ ਵੀ CCTV ਕਾਫੀ ਵਾਇਰਲ ਹੋਇਆ ਸੀ, ਉਹਦੇ 'ਚ ਬੜੇ ਤਾਬੜਤੋੜ ਗੋਲੀਆਂ ਚਲਾਉਂਦੇ ਦਿਸਦੇ, ਅਤੇ ਇਹਨਾਂ ਨੂੰ ਬੜੀ ਸਖਤਾਈ ਨਾਲ ਅਸੀਂ ਪੁੱਛਗਿੱਛ ਕਰਾਂਗੇ, ਅਤੇ ਅਸੀਂ ਤੈਅ ਤੱਕ ਜਾਵਾਂਗੇ ਕਿ ਪਟਿਆਲੇ 'ਚ ਇਹਨਾਂ ਨੇ ਕਿਹੜੀ ਵਾਰਦਾਤ ਨੂੰ ਇਸ਼ਾਰੇ 'ਤੇ ਅੰਜਾਮ ਦੇਣਾ ਸੀ। ਸੋ SSP ਵਰੁਣ ਸ਼ਰਮਾ ਨੇ ਜਿਨ੍ਹਾਂ ਨੇ ਕਿਹਾ ਕਿ ਜਿਹੜੇ ਗੈਂਗਸਟਰ ਫੜੇ ਗਏ ਨੇ ਉਹਨਾਂ ਨੇ ਮੋਗਾ ਦੇ ਵਿੱਚ ਇੱਕ ਕਬੱਡੀ ਖਿਡਾਰੀ ਦੇ ਉੱਪਰ ਜਾਨਲੇਵਾ ਹਮਲਾ ਕੀਤਾ, ਉਸ ਤੋਂ ਬਾਅਦ ਜਦੋਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਐਂਟਰ ਕਰਦੇ ਨੇ ਤਾਂ ਪਟਿਆਲਾ ਪੁਲਿਸ ਦੇ ਵੱਲੋਂ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਉਹਨਾਂ ਦੇ ਕੋਲੋਂ 3 ਪਿਸਤੌਲ ਬਰਾਮਦ ਹੋਏ ਨੇ, ਅਤੇ ਹੁਣ ਪੁਲਿਸ ਇਸ ਜਾਂਚ ਦੇ ਵਿੱਚ ਜੁਟ ਗਈ ਹੈ ਕਿ ਇਹਨਾਂ ਅਪਰਾਧੀਆਂ ਨੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਕਿਹੜੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਇੱਥੇ ਆਉਣ ਦਾ ਸੋਚਿਆ ਸੀ। ਪਟਿਆਲਾ ਤੋਂ ਮਨੋਜ ਸ਼ਰਮਾ, ਨਿਊਜ਼ 18 ਪੰਜਾਬ।